ਸਰਕਾਰ ਜੋ ਪ੍ਰਧਾਨਗੀ ਮੰਡਲ ਬੜੇ ਪਿਆਰੇ ਦੋਸਤੋ ਬਹੁਤ ਚੰਗਾ ਲੱਗਾ ਕਿ ਦੀਪ ਦਵਿੰਦਰ ਮੱਖਣ ਕੁਹਾਰ ਅਤੇ ਸਾਰੇ ਮਿਲ ਕੇ ਉਹਨਾਂ ਦੋ ਦੋਸਤਾਂ ਨੂੰ ਯਾਦ ਕਰ ਰਹੇ ਨੇ ਦਵਿੰਦਰ ਸਿੰਘ ਅਤੇ ਦੇਵਦੱਤ ਜੀ ਬਹੁਤ ਪਿਆਰੇ ਮੇਰੇ ਵੀ ਬੜੇ ਪਿਆਰੇ ਦੋਸਤ ਹਨ ਕਿਉਂਕਿ ਮੇਰੇ ਉਹ ਪਿੰਡਾਂ ਵੱਲੋਂ ਮੇਰੇ ਵਾਢੀ ਸਨ ਮੇਰੀ ਸਾਂਝ ਸੀ ਉਹਨਾਂ ਨਾਲ ਬੜਾ ਚੰਗਾ ਲੱਗਿਆ ਉਹਨੂੰ ਯਾਦ ਕਰ ਰਹੇ ਹੋ ਇਸ ਬਹਾਨੇ ਅੱਜ ਦਾ ਜੋ ਟੌਪਿਕ ਆ ਤੇਰੀ ਸਿੱਖਿਆ ਅਤੇ ਮਾਤ ਭਾਸ਼ਾ ਦੋਸਤੋ ਮੇਰੇ ਵੀਰ ਡਾਕਟਰ ਪਿੰਡਰ ਨੇ ਬੜੇ ਡਿਟੇਲ ਦੇ ਵਿੱਚ ਗੱਲਾਂ ਦੱਸੀਆਂ ਨੇ ਕਿ ਕਿਸ ਤਰ੍ਹਾਂ ਅੰਗਰੇਜ਼ੀ ਆਈ ਯੂਐਨ ਦੇ ਪੰਜ ਰੈਕੋਗਨਾਈਜ਼ਡ ਭਾਸ਼ਾਵਾਂ ਨੇ ਇੰਗਲਿਸ਼ ਆ ਚਾਈਨੀਜ਼ ਆ ਰਸ਼ੀਆ ਫਰੈਂਚ ਆ ਜਰਮਨ ਆ ਅਤੇ ਇੰਗਲਿਸ਼ ਆ ਪਰ ਮਜ਼ੇਦਾਰ ਗੱਲ ਇਹ ਆ ਕਿ ਦੁਨੀਆਂ ਚਾਰ ਭਾਸ਼ਾਵਾਂ ਵੀ ਪਾਪੂਲਰ ਨਹੀਂ ਹੋ ਸਕੀਆਂ ਸਿਰਫ ਇੰਗਲਿਸ਼ ਹੀ ਪਾਪੂਲਰ ਹੋਈ ਹੈ ਇਹ ਗੱਲ ਤਾਂ ਸੱਚਾਈ ਆ ਜਿਹੜੀ ਇਹਨਾਂ ਦੱਸੀ ਆ ਕਿ ਹਿੰਦੁਸਤਾਨ 'ਚ ਅੰਗਰੇਜ਼ਾਂ ਦਾ ਰਾਜ ਆ ਗਿਆ ਅਤੇ ਅੰਗਰੇਜ਼ੀ ਦਾ ਚਲਨ ਜਿਹੜਾ ਸੀ ਉਹ ਜ਼ਰੂਰੀ ਹੋ ਗਿਆ ਉਹਨਾਂ ਨੇ ਪ੍ਰਮੋਟ ਵੀ ਕੀਤਾ ਇਹਦੇ ਸੰਬੰਧ ਮੈਂ ਇੰਨੀ ਗੱਲ ਹੀ ਕਹਾਂਗਾ ਕਿ 1892 'ਚ ਖਾਲਸਾ ਕਾਲਜ ਅੰਮ੍ਰਿਤਸਰ ਸਥਾਪਿਤ ਹੋਣ ਤੋਂ ਪਹਿਲਾਂ ਇਸ ਖੇਤਰ 'ਚ ਲਾਹੌਰ ਤੋਂ ਲੈ ਕੇ ਦਿੱਲੀ ਤੱਕ ਜਾਂਦਿਆਂ ਇੱਕ ਹੀ ਕਾਲਜ ਸੀ ਖਾਲਸਾ ਕਾਲਜ ਜਿਹਦੇ ਪ੍ਰਿੰਸੀਪਲ ਵੀ ਅੰਗਰੇਜ਼ ਰਹੇ ਅੰਗਰੇਜ਼ੀ ਮੀਡੀਅਮ ਔਫ ਇੰਸਟਰਕਸ਼ਨ ਰਹੀ ਖਾਲਸਾ ਕਾਲਜ ਵੀ ਲਾਹੌਰ ਹੀ ਬਣ ਲੱਗਾ ਸੀ ਜਿੱਥੇ 13 ਕਾਲਜ ਸਨ ਪਰ ਕਿਸੇ ਵਜ੍ਹਾ ਕਰਕੇ ਉਹ ਅੰਮ੍ਰਿਤਸਰ ਬਣ ਗਿਆ ਉਹਦੇ ਬਾਅਦ ਬਹੁਤ ਸਾਰਾ ਲਿਟਰੇਚਰ ਜਿਹੜਾ ਮਿਲਦਾ ਹੀ ਇੰਗਲਿਸ਼ ਦੀ ਦੂਜੀਆਂ ਭਾਸ਼ਾਵਾਂ 'ਚ ਮਿਲਦਾ ਨਹੀਂ ਸੀ ਮੈਨੂੰ ਵੀ ਯਾਦ ਹੈ ਜਦੋਂ ਮੈਂ ਪੜ੍ਹਾਉਣਾ ਸ਼ੁਰੂ ਕੀਤਾ ਖਾਲਸਾ ਕਾਲਜ 69 'ਚ ਅਤੇ ਮੈਂ ਐੱਮ ਏ ਇੰਗਲਿਸ਼ ਅਤੇ ਐਗਰੀਕਲਚਰ ਅੰਗਰੇਜ਼ੀ 'ਚ ਪੜ੍ਹਾਉਂਦਾ ਹੁੰਦਾ ਸਾਂ ਅਤੇ ਅਸੀਂ ਪੜ੍ਹਦੇ ਵੀ ਅੰਗਰੇਜ਼ੀ 'ਚ ਰਹੇ ਸਾਂ ਇੱਥੋਂ ਤੱਕ ਕਿ ਹਿੰਦੀ ਪੰਜਾਬੀ ਸੰਸਕ੍ਰਿਤ ਦੇ ਜਿਹੜੇ ਪੀ ਆਈ ਏ ਟੀਚਰ ਸਨ ਉਹ ਵੀ ਅੰਗਰੇਜ਼ੀ 'ਚ ਲਿਖੇ ਜਾਂਦੇ ਸਨ ਸ਼ਾਇਦ ਹੁਣ ਬਦਲ ਗਿਆ ਤਾਂ ਮੈਂ ਕਹਿ ਨਹੀਂ ਸਕਦਾ ਇਸ ਤਰੀਕੇ ਨਾਲ ਅੰਗਰੇਜ਼ੀ ਛਾਈ ਗਈ ਮੈਂ ਆਪਣੇ ਵਿਸ਼ੇ ਤੱਕ ਸੀਮਿਤ ਰਹਿੰਦੇ ਹਾਂ ਸਿਰਫ ਇਕਨਾਮਿਕਸ ਦੀ ਇਹ ਗੱਲ ਕਰਾਂ ਕਿ ਇਕਨਾਮਿਕਸ ਦਾ ਸਬਜੈਕਟ ਬਹੁਤ ਲੇਟ ਆਇਆ ਇਹ ਸਬਜੈਕਟ ਬਾਕੀ ਸਬਜੈਕਟ ਜਿਸ ਤਰ੍ਹਾਂ ਸਾਇੰਸ ਆ ਦੂਜੇ ਸਬਜੈਕਟਸ ਨੇ ਇਹਦੇ ਕੋਈ 1500 ਯੂਨੀਵਰਸਿਟੀਆਂ ਬਣ ਗਈਆਂ ਇਹਨਾਂ ਦੀ ਫਾਰਮਲ ਐਜੂਕੇਸ਼ਨ ਸ਼ੁਰੂ ਹੋ ਗਈ ਕਿਤਾਬਾਂ ਛਪਣੀਆਂ ਹੋ ਗਈਆਂ ਸਿਲੇਬਸ ਬਣ ਗਏ ਪਰ ਇਕਨਾਮਿਕਸ ਦਾ ਸਬਜੈਕਟ ਜਿਹੜਾ ਇਹ 1800 ਕੋਈ 50 ਤੋਂ ਬਾਅਦ ਸ਼ੁਰੂ ਹੋਇਆ ਇਹਦੇ ਵਿੱਚ ਇੱਕ ਪਾਲਸੀ ਹੁੰਦੀ ਸੀ ਇਹ ਪਾਲਸੀ ਸੀ ਕਿ ਸਰਕਾਰ ਨੂੰ ਦਖਲ ਨਹੀਂ ਦੇਣਾ ਚਾਹੀਦਾ ਸਰਕਾਰ ਨੂੰ ਆਰਥਿਕ ਕੰਮਾਂ 'ਚ ਦਖਲ ਨਹੀਂ ਦੇਣਾ ਚਾਹੀਦਾ ਇਹ ਪਾਲਸੀ ਬੜਾ ਚਿਰ ਰਹੀ ਜਿਹੜੀਆਂ ਯੂਨੀਵਰਸਿਟੀਆਂ ਨੇ ਇਹਨਾਂ ਦੇ 3 ਕੰਮ ਨੇ ਇਹ ਸਿਰਫ ਪੜ੍ਹਾਉਂਦੀਆਂ ਨਹੀਂ ਇਹ ਨਹੀਂ ਕਿ ਪਿਛਲਾ ਸਿਲੇਬਸ ਲੈ ਲਿਆ ਤੁਹਾਨੂੰ ਪੜ੍ਹਾ ਤਾ ਇੱਥੋਂ ਤੱਕ ਨਹੀਂ ਉਹਨਾਂ ਦੇ 2 ਜ਼ਿਆਦਾ ਮਹੱਤਵਪੂਰਨ ਹੋਰ ਕੰਮ ਨੇ ਉਹ ਕੰਮ ਨੇ ਦੂਸਰਾ ਰਿਸਰਚ ਦਾ ਅਤੇ ਤੀਸਰਾ ਕੰਮ ਹੈ ਐਕਸਟੈਂਸ਼ਨ ਦਾ ਜਿਹੜੀ ਰਿਸਰਚ ਕੀਤੀ ਉਹਨੂੰ ਲੋਕਾਂ ਤੱਕ ਪਹੁੰਚਾਉਣਾ ਇਹ ਦੋਵੇਂ ਕੰਮ ਜਿਹੜੇ ਨੇ ਇਹ ਪੜ੍ਹਾਉਣ ਵਾਲੇ ਕੰਮ ਤੋਂ ਜ਼ਿਆਦਾ ਇੰਪਾਰਟੈਂਟ ਨੇ ਅਤੇ ਇਹਨਾਂ ਦੋਵਾਂ ਕੰਮਾਂ ਵਾਸਤੇ ਮਾਤ ਭਾਸ਼ਾ ਜ਼ਿਆਦਾ ਜ਼ਰੂਰੀ ਵੀ ਆ ਮੈਂ ਤੁਹਾਨੂੰ 2-3 ਮਸਾਲਾ ਦਿਆਂਗਾ ਸਿਰਫ ਤੁਸੀਂ ਅੰਮ੍ਰਿਤਾ ਸੈਨ ਦਾ ਨਾਂ ਸੁਣਿਆ ਹੋਏਗਾ ਇੱਕੋ ਇੱਕ ਬੰਗਾਲੀ ਇੱਕੋ ਇੱਕ ਹਿੰਦੁਸਤਾਨੀ ਜਿਹਨੂੰ ਇਕਨਾਮਿਕਸ ਦੇ ਵਿੱਚ ਨੋਬਲ ਪ੍ਰਾਈਜ਼ ਮਿਲਿਆ ਉਸ ਆਦਮੀ ਦੀ ਰਿਸਰਚ ਕੀ ਸੀ ਉਹਨੇ ਰਿਸਰਚ ਇਹ ਕੀਤੀ ਕਿ ਜਦੋਂ ਕਾਲ ਪੈਂਦਾ ਕਿਸੇ ਦੇਸ਼ 'ਚ ਜਾਂ ਜਦੋਂ ਕਾਲ ਪਏ ਠੀਕ ਕਰੋ ਯਾਰ ਠੀਕ ਨਹੀਂ ਲੱਗਦਾ ਜਦੋਂ ਕਾਲ ਪਿਆ ਉਦੋਂ ਲੋਕ ਅਨਾਜ ਦੀ ਕਮੀ ਨਾਲ ਨਹੀਂ ਮਰੇ ਬੜੀ ਇੰਪੋਰਟੈਂਟ ਗੱਲ ਕਹੀ ਉਹਨੇ ਕਿਹਾ ਕਿ ਜਦੋਂ ਕਾਲ ਪਿਆ ਉਦੋਂ ਲੋਕ ਅਨਾਜ ਦੀ ਕਮੀ ਨਾਲ ਨਹੀਂ ਮਰੇ ਪੈਸੇ ਦੀ ਕਮੀ ਨਾਲ ਮਰੇ ਨੇ ਫਿਰ ਉਹਨੇ ਸਾਬਤ ਕੀਤਾ ਕਿ ਉਹ ਬੰਦੇ ਅਨਾਜ ਦੀ ਕਮੀ ਨਾਲ ਨਹੀਂ ਮਰੇ ਉਹਦਾ ਆਧਾਰ ਕੀ ਸੀ ਉਹ ਲਿਖਦਾ ਆਪਣੀ ਜੀਵਨੀ 'ਚ ਕਹਿੰਦਾ ਮੈਂ ਜਦੋਂ 1942 ਦਾ ਕਾਲ ਪਿਆ ਅਤੇ ਮੈਂ 7-8 ਸਾਲ ਦਾ ਬੱਚਾ ਸਾਂ ਅਤੇ ਮੈਂ ਕੋਠੇ 'ਤੇ ਚੜ੍ਹ ਕੇ ਵੇਖਣਾ ਕਿ ਨਾਲ ਦੇ ਗੋਦਾਮ ਦੇ ਵਿੱਚ ਹਜ਼ਾਰਾਂ ਹੀ ਬੋਰੀਆਂ ਕਣਕ ਅਤੇ ਝੋਨੇ ਦੀਆਂ ਚੌਹਾਂ ਦੀਆਂ ਪਈਆਂ ਨੇ ਅਤੇ ਸਵੇਰੇ ਖਬਰ ਆ ਜਾਂਦੀ ਹੈ ਅੱਜ 1000 ਬੰਦਾ
ਭੁੱਖ ਨਾਲ ਮਰ ਗਿਆ, ਅੱਜ 2000 ਬੰਦਾ ਭੁੱਖ ਨਾਲ ਮਰ ਗਿਆ। ਕਹਿੰਦਾ ਮੇਰੇ ਦਿਲ 'ਚ ਗੱਲ ਬਹਿ ਗਈ 26 ਸਾਲ ਬਾਅਦ। ਕਹਿੰਦਾ ਮੈਂ ਸੱਚ ਦਾ ਟੱਪ ਕੇ ਲੈ ਲਿਆ, ਕੋਈ 24 ਕੰਟਰੀਆਂ ਦੇ ਵਿੱਚ, ਏਸ਼ੀਆ ਅਤੇ ਅਫਰੀਕਾ ਦੇ ਕੰਟਰੀਆਂ ਜਿੱਥੇ ਕਾਲ ਪਏ ਸਨ, ਉੱਥੋਂ ਦਾ ਡਾਟਾ ਲਿਆ, ਸਟੱਡੀ ਕੀਤੀ ਅਤੇ ਸਾਬਤ ਕਰ ਦਿੱਤਾ ਕਿ ਉਸ ਸਮੇਂ ਕਾਲ ਇਸ ਕਰਕੇ ਜਿਹੜੇ ਬੰਦੇ ਮਰੇ ਨੇ ਉਹ ਅਨਾਜ ਦੀ ਕਮੀ ਨਾਲ ਨਹੀਂ ਸਨ ਮਰੇ, ਅਨਾਜ ਉਦੋਂ ਵੀ ਜਮ੍ਹਾਂ ਸੀ ਪਰ ਉਹ ਪੈਸੇ ਦੀ ਕਮੀ ਨਾਲ ਮਰ ਗਏ ਸਨ। ਜੇ ਉਹਨੂੰ ਇਹ ਗੱਲ ਆਪਣੀ ਬਚਪਨ 'ਚ ਆਪਣੀ ਮਾਂ ਬੋਲੀ 'ਚ ਇਹ ਗੱਲ ਨਾ ਵਿਚਰੀ ਹੁੰਦੀ ਦਿਮਾਗ 'ਚ ਕਿ ਉਹ ਸੱਚ ਪੋਸੀਬਲ ਨਹੀਂ ਸੀ, ਇੱਦਾਂ ਦੀਆਂ ਮੈਂ ਅਨੇਕਾਂ ਇਗਜ਼ਾਮਪਲਾਂ ਹੋਰ ਵੀ ਦੇ ਸਕਦਾ। ਗੌਰਮੈਂਟ ਜਿੰਨੀਆਂ ਵੀ ਪੱਛਮੀ ਗੌਰਮੈਂਟਾਂ ਸਨ ਉਹ ਕਹਿੰਦੀਆਂ ਸਨ ਕਿ ਤੁਸੀਂ ਅਕਾਊਂਟਸ ਦੇ ਬੰਦੇ ਨੂੰ ਗੌਰਮੈਂਟ ਦੇ ਕੰਮ 'ਚ ਦਖਲ ਨਹੀਂ ਦੇਣਾ ਚਾਹੀਦਾ। ਪਰ 1927 ਦੇ ਵਿੱਚ ਇੱਕ ਬੜੀ ਮੰਦੀ ਆ ਗਈ, ਜਿਹਨ ਮੈਂ ਕੀਮਤਾਂ ਥੱਲੇ ਜਾਣ ਲੱਗ ਪਈਆਂ, ਜਿੱਦਾਂ ਅੱਜ ਕੱਲ੍ਹ ਕੀਮਤਾਂ ਵੱਧ ਰਹੀਆਂ ਨੇ, ਵੱਧਦੀਆਂ ਕੀਮਤਾਂ ਵੀ ਮਾਰੀਆਂ ਨੇ ਅਤੇ ਕੀਮਤਾਂ ਡਿੱਗਦੀਆਂ ਵੀ ਮਾਰੀਆਂ ਨੇ, ਕੀਮਤਾਂ ਸਟਿਲ ਜਿਹੜੀਆਂ ਨੇ ਉਹ ਠੀਕ ਨੇ। ਜਦੋਂ ਕੀਮਤਾਂ ਘਟਣ ਲੱਗ ਪਈਆਂ ਤਾਂ ਲੋਕਾਂ ਨੇ ਕਾਰੋਬਾਰ ਛੱਡ ਦਿੱਤੇ, ਕਾਰਖਾਨੇ ਘਟਾ ਦਿੱਤੇ, ਪ੍ਰੋਡਕਸ਼ਨ ਘਟਾ ਦਿੱਤੀ। ਪਹਿਲਾਂ ਇੰਗਲੈਂਡ 'ਚ ਹੋਇਆ, ਫਿਰ ਜਰਮਨੀ 'ਚ ਹੋਇਆ, ਫਿਰ ਫਰਾਂਸ 'ਚ ਹੋਇਆ, ਫਿਰ ਹੌਲੀ ਹੌਲੀ ਵਧਦਾ ਵਧਾ ਹਿੰਦੁਸਤਾਨ 'ਚ ਹੋ ਗਿਆ। ਪਹਿਲਾਂ ਇੰਡਸਟਰੀ 'ਚ ਹੋਇਆ, ਫਿਰ ਐਗਰੀਕਲਚਰ 'ਚ ਹੋ ਗਿਆ। ਦਿਨ ਬ ਦਿਨ ਕੀਮਤਾਂ ਘੱਟ ਜਾਣੀਆਂ, ਕਾਰੋਬਾਰ ਠੱਪ ਕਰੀ ਜਾਣੇ, ਲੋਕਾਂ ਬੇਰੁਜ਼ਗਾਰ ਹੋ ਜਾਣਾ, ਸਾਰੀ ਦੁਨੀਆਂ 'ਚ ਬੇਰੁਜ਼ਗਾਰੀਆਂ ਹੋ ਗਈਆਂ, ਕਈ ਮੁਲਕਾਂ 'ਚ ਤਸਲਾ ਪਹੁੰਚੇ ਗਏ ਸਰਕਾਰਾਂ ਦੇ। ਉਸ ਵੇਲੇ ਇੱਕ ਬੰਦੇ ਨੇ ਸੋਚ ਕੱਢੀ ਇਹਦਾ ਕਾਰਨ ਕੀ ਹੈ। ਉਹਨੇ ਫਿਰ ਆਪਣੀ ਮਾਂ ਬੋਲੀ ਕੀ ਉਸ ਵਿਸ਼ੇ ਨੂੰ ਲਿਆ, ਉਹਦਾ ਨਾਂ ਸੀ ਡਾਕਟਰ ਕੇਨਜ਼। ਕੇਨਜ਼ ਨੇ ਖੋਜ ਕੱਢੀ, ਉਹਨੇ ਕਿਹਾ ਇਹਦਾ ਕਾਰਨ ਇਹ ਆ ਕਿ ਡਿਮਾਂਡ ਘੱਟ ਗਈ, ਲੋਕ ਖਰੀਦਦੇ ਨਹੀਂ, ਇਹ ਖਰੀਦ ਸ਼ਕਤੀ ਕਿੱਦਾਂ ਬਣਾਈਏ, ਖਰੀਦ ਸ਼ਕਤੀ ਹੋਰ ਖਤਮ ਹੁੰਦੀ ਜਾਂਦੀ ਆ, ਕਿੱਦਾਂ ਬਣਾਈਏ। ਫਿਰ ਉਹਦੇ ਵਾਸਤੇ ਉਹਨੇ ਬਣਾਇਆ ਕਿ ਇਹ ਸਰਕਾਰ ਖਰਚ ਕਰੇ, ਸਰਕਾਰ ਇੰਟਰਵੈਂਸ਼ਨ ਕਰੇ। ਉਦੋਂ ਤੋਂ ਪਹਿਲਾਂ ਰੂਸ ਦੇ ਵਿੱਚ 1917 ਦੇ ਵਿੱਚ ਸਰਕਾਰ ਜਿੰਨੇ ਵੀ ਮੀਨਸ ਔਫ ਪ੍ਰੋਡਕਸ਼ਨ ਨੇ ਉਹਦੀ ਕਾਬਜ਼ ਸੀ, ਸਰਕਾਰ ਨੇ ਇੱਕ ਰਾਈਟ ਦਿੱਤਾ ਸੀ, ਰਾਈਟ ਉਹ ਫੰਡਾਮੈਂਟਲ ਰਾਈਟ ਸੀ ਇੰਪਲਾਇਮੈਂਟ ਦਾ, ਜੋ ਅੱਜ ਕੱਲ੍ਹ ਵੀ ਹੈਗਾ ਕਿ ਜੇ ਬੰਦੇ ਕਿਸੇ ਨੂੰ ਰੁਜ਼ਗਾਰ ਨਹੀਂ ਮਿਲਦਾ ਤਾਂ ਕੋਰਟ 'ਚ ਜਾ ਕੇ ਸਰਕਾਰ ਦੇ ਖਿਲਾਫ਼ ਦਾਅਵਾ ਕਰ ਸਕਦਾ। ਪੱਛਮੀ ਦੇਸ਼ਾਂ 'ਚ ਗੱਲ ਗਈ ਕਿ ਰੂਸ 'ਚ ਨਾ ਕੀਮਤਾਂ ਘਟੀਆਂ ਨੇ, ਨਾ ਅਨਇੰਪਲਾਇਮੈਂਟ ਹੋਈ ਆ, ਕਿਉਂ ਨਾ ਰੂਸ ਦਾ ਸਿਸਟਮ ਅਪਣਾ ਲਿਆ ਜਾਏ, ਪਰ ਵੈਸਟਰਨ ਕੰਟਰੀ ਨਹੀਂ ਸੀ ਚਾਹੁੰਦੇ। ਫਿਰ ਕੇਂਦ ਨੇ ਖੋਜ ਕੱਢ ਕੇ ਦਿੱਤੀ ਕਿ ਇਹਦਾ ਕਾਰਨ ਇਹ ਆ ਕਿ ਸਰਕਾਰ ਦਖਲ ਦੇ। ਫਿਰ ਉਹ ਲਾਗੂ ਹੋਇਆ, ਫਿਰ ਉਹਦੇ ਨਾਲ ਰਿਵਾਈਵਲ ਹੋਇਆ, ਇੰਪਲਾਇਮੈਂਟ ਵਧਣ ਲੱਗ ਪਈ, ਕੀਮਤਾਂ ਵਧਣ ਲੱਗ ਪਈਆਂ, ਡਿਮਾਂਡ ਵਧਣ ਲੱਗ ਪਈ ਅਤੇ ਕੰਟਰੀਆਂ 'ਚ ਫਿਰ ਖੁਸ਼ਹਾਲੀ ਦਾ ਦੌਰ ਜਿਹੜਾ ਸ਼ੁਰੂ ਹੋ ਗਿਆ। ਤੀਜੀ ਐਗਜ਼ਾਮਪਲ ਮੈਂ ਦਿਆਂਗਾ, ਇਹ ਮੈਂ ਐਗਜ਼ਾਮਪਲ ਦਿੱਤੀ ਹੈ ਰਿਸਰਚ ਵਾਸਤੇ ਅਤੇ ਰਿਸਰਚ ਨੂੰ ਲੋਕਾਂ ਦਾ ਤੀਜੀ ਐਗਜ਼ਾਮਪਲ ਆ। ਜਦੋਂ 1995 'ਚ WTO ਵਰਲਡ ਟ੍ਰੇਡ ਆਰਗਨਾਈਜੇਸ਼ਨ ਸਥਾਪਿਤ ਹੋਈ ਤਾਂ ਇੰਡੀਆ ਦੀਆਂ ਜ਼ਿਆਦਾਤਰ ਪਾਰਟੀਆਂ, ਜ਼ਿਆਦਾਤਰ ਅਰਥਸ਼ਾਸਤਰੀ, ਜ਼ਿਆਦਾਤਰ ਸਿਆਸਤਦਾਨ ਇਸ ਗੱਲ ਦੇ ਹੱਕ 'ਚ ਨਹੀਂ ਸਨ। ਉਹਨਾਂ ਨੂੰ ਉਹ ਸਮਾਂ ਯਾਦ ਸੀ, ਬਾਈ ਇੰਡੀਆ ਇੰਡੀਅਨ ਬੀ ਇੰਡੀਅਨ ਉਹ ਨਹੀਂ ਸੀ ਚਾਹੁੰਦੇ, ਉਹ ਪ੍ਰੋਟੈਕਸ਼ਨਿਜ਼ਮ ਚਾਹੁੰਦੇ ਸੀ, ਕਹਿੰਦਾ ਪ੍ਰੋਟੈਕਸ਼ਨ ਕਰਨੀ ਚਾਹੀਦੀ ਆ, ਟ੍ਰੇਡ ਡੀਲ ਨਾਲ ਅਸੀਂ ਤਬਾਹ ਹੋ ਜਾਵਾਂਗੇ। ਉਹਦੇ ਵਾਸਤੇ ਇੰਡੀਆ ਨੂੰ ਮਜਬੂਰੀ ਬਸ ਜੁਆਇਨ ਕਰਨਾ ਪਿਆ, ਕਿਉਂਕਿ ਬਾਕੀ 125 ਦੇਸ਼ ਜਿਨ੍ਹਾਂ ਨਾਲ ਇੰਡੀਆ ਟ੍ਰੇਡ ਕਰਦਾ ਸੀ ਮੈਂਬਰ ਬਣ ਚੁੱਕੇ ਸੀ, ਉਹਦੇ ਬਾਅਦ ਉਹਨਾਂ ਨੇ ਜੁਆਇਨ ਕੀਤਾ। ਉਹ ਜਿੰਨੀਆਂ ਵੀ ਇਹ ਖੋਜਾਂ ਹੋਈਆਂ, ਜਿੰਨੀਆਂ ਵੀ ਇਹਨਾਂ ਦੇ ਵਿਚਾਰ ਇਕਨੋਮਿਕਸ ਦੇ ਵਿੱਚ ਸਮੱਗਰੀ ਬਣੇ, ਉਹ ਸਮੱਗਰੀ ਬਣੀ ਜਿਹੜੀ ਸਮੱਗਰੀ ਉਹਨਾਂ ਦੀ ਮਾਤ ਭਾਸ਼ਾ 'ਚ ਡਿਵੈਲਪ ਹੋਈ ਅਤੇ ਭਾਵੇਂ ਉਹਨੂੰ ਇੰਗਲਿਸ਼ ਬਾਅਦ 'ਚ ਡਿਵੈਲਪ ਕਰ ਲਿਆ। ਇਸ ਕਰਕੇ ਮੈਂ ਇਹ ਗੱਲ ਕਦੀ ਵੀ ਨਹੀਂ ਮੰਨ ਸਕਦਾ ਕਿ ਲਿਟਰੇਚਰ 'ਤੇ ਲਿਖਿਆ ਹੀ ਮਾਤ ਭਾਸ਼ਾ ਜਾਂਦਾ। ਵਾਰਿਸ ਸ਼ਾਹ ਨੇ ਸਿਰਫ ਇੱਕ ਕਿੱਸਾ ਲਿਖਿਆ ਸੀ, ਹੁਣ ਤਾਂ ਸਾਡੇ ਵਰਗੇ ਨੇ ਕਈ ਕਿਤਾਬਾਂ ਵੀ ਲਿਖ ਛੱਡੀਆਂ, ਕੋਈ ਜਾਣਦਾ ਹੀ ਨਹੀਂ। ਇੱਕ ਕਿੱਸਾ ਲਿਖਿਆ ਸੀ, 500 ਸਾਲ ਤੋਂ ਲੋਕ ਜਾਣਦੇ ਨੇ ਸਾਰੀ ਦੁਨੀਆ 'ਚ। ਰਸੂਲ ਹਮਦਾ ਚੋਲ ਨੇ ਇੱਕ ਮੇਰਾ ਦਾਤਸਤਾਨ ਲਿਖਿਆ ਸੀ, ਮੇਰੇ ਖਿਆਲ ਦੁਨੀਆ ਦੀ ਕੋਈ ਜ਼ਬਾਨ ਨਹੀਂ ਹੋਏਗੀ ਜੀ ਜੋ ਟ੍ਰਾਂਸਲੇਟ ਨਹੀਂ ਹੋਈ, ਆਪਣੀ ਜ਼ਬਾਨ 'ਚ ਲਿਖਿਆ ਸੀ, ਲਿਟਰੇਚਰ 'ਤੇ ਲਿਖਿਆ ਹੀ ਮਾਤ ਭਾਸ਼ਾ। ਪਰ ਜਿਹੜੀਆਂ ਸਾਇੰਸਿਸ ਨੇ, ਸੋਸ਼ਲ ਸਾਇੰਸਿਸ ਨੇ, ਮੈਂ ਨਹੀਂ ਮੰਨ ਸਕਦਾ ਕਿ ਇਹਨਾਂ ਦੇ ਬਦਲਦੇ ਹੈਗੇ, ਪਰ ਇਹ ਕਿਉਂ ਨਹੀਂ ਹੋ ਰਿਹਾ? ਇਹਦੀ ਜ਼ਿੰਮੇਵਾਰੀ ਮੈਂ ਸੋਚਣਾ ਯੂਨੀਵਰਸਿਟੀਆਂ 'ਤੇ ਅਤੇ ਗੌਰਮੈਂਟਾਂ ਦੀਆਂ ਪਾਲਸੀਆਂ 'ਤੇ।
ਮੈਂ ਵੀ ਮੈਨੂੰ ਯਾਦ ਹੈ ਜੋ ਪੰਜਾਬੀ ਯੂਨੀਵਰਸਿਟੀ ਬਣੀ ਇਸੇ ਮਸਲੇ ਤੋਂ ਹੀ ਕਿ ਪੰਜਾਬੀ ਯੂਨੀਵਰਸਿਟੀ ਜਿਹੜੀ ਜਿੰਨਾ ਵੀ ਲਿਟਰੇਚਰ ਆ ਸਾਇੰਸਾਂ ਦਾ ਉਹਨੂੰ ਉਲਟਾ ਕਰਾਏਗੀ ਪੰਜਾਬੀ ਲੈਂਗੁਏਜ, ਪਰ ਨਹੀਂ ਹੋ ਸਕਿਆ, ਅਜੇ ਵੀ ਨਹੀਂ ਹੋਇਆ। ਇਹ ਯੂਨੀਵਰਸਿਟੀਆਂ ਦੀ ਜ਼ਿੰਮੇਵਾਰੀ ਆ, ਇਹ ਗੌਰਮੈਂਟ ਦੀ ਜ਼ਿੰਮੇਵਾਰੀ ਆ ਕਿ ਕਿਸੇ ਸਮੇਂ 'ਤੇ ਤੁਸੀਂ ਵੇਖੋ IAS ਦਾ ਧਿਆਨ ਵੀ ਪਤਾ ਜਿਹੜਾ ਉਹ ਪੰਜਾਬੀ ਨਹੀਂ ਸੀ ਦੇ ਸਕਦਾ, ਹੁਣ ਦੇ ਸਕਦਾ, ਜੇ ਦੇਣ ਲੱਗਾ ਤਾਂ ਪੰਜਾਬੀ ਵੱਲ ਰੁਚੀ ਵੱਧ ਗਈ। ਸੋ ਇਹ ਵਿਸ਼ਾ ਤੁਸੀਂ ਬੜਾ ਚੰਗਾ ਲਿਆ, ਇਸ ਵਿਸ਼ੇ ਦਾ ਹੱਲ ਜਿਹੜਾ ਉਹਦੇ ਵੱਲੋਂ ਮੈਂ ਇਹੋ ਹੀ ਬੇਨਤੀ ਕਰਾਂਗਾ, ਇਹ ਵਿਸ਼ਾ ਤਾਂ ਹੀ ਇਹਦਾ ਹੱਲ ਹੋ ਸਕਦਾ ਜੇ ਯੂਨੀਵਰਸਿਟੀਆਂ ਅਤੇ ਸਰਕਾਰਾਂ ਆਪਣੀ ਜ਼ਿੰਮੇਵਾਰੀ ਸਮਝਣ ਕਿ ਉਹਨਾਂ ਦੀ ਲੋਕਾਂ ਵੱਲ, ਉਹਨਾਂ ਦੀ ਆਪਣੀ ਲੋਕਾਂ ਵੱਲ, ਆਪਣੀ ਜਨਤਾ ਵੱਲ, ਜਿਨ੍ਹਾਂ 'ਤੇ ਉਹਨਾਂ ਰਾਜ ਕਰਨਾ, ਉਹਨਾਂ ਵੱਲ ਕੀ ਜ਼ਿੰਮੇਵਾਰੀਆਂ ਨੇ ਅਤੇ ਉਹ ਕੀ ਚਾਹੁੰਦੇ ਨੇ। ਫਿਰ ਇਹੋ ਗਿਆਨ ਜਿਹੜਾ ਉਹਨਾਂ ਆਪਣੀ ਮਾਂ ਬੋਲੀ 'ਚ ਇਕੱਠਾ ਹੋਏਗਾ, ਫਿਰ ਜਿੱਦਾਂ ਅੰਗਰੇਜ਼ੀ ਤੋਂ ਅਸੀਂ ਪੰਜਾਬੀ 'ਚ ਟ੍ਰਾਂਸਲੇਸ਼ਨ ਕਰਦੇ ਹਾਂ ਨਾ, ਚੰਗੇ ਗਿਆਨ ਦੀਆਂ ਪੰਜਾਬੀ 'ਚੋਂ ਅੰਗਰੇਜ਼ੀ 'ਚ ਟ੍ਰਾਂਸਲੇਸ਼ਨਾਂ ਹੋਣਗੀਆਂ। ਸੋ ਇਸ ਤਰੀਕੇ ਦੇ ਨਾਲ ਵੱਧ ਸਕਦਾ ਅਤੇ ਇਹਦੇ ਵਾਸਤੇ ਇਸ ਮੰਚ ਨੂੰ ਵੀ ਰੈਜੂਲੇਸ਼ਨ ਜਾਣਾ ਚਾਹੀਦਾ, ਇਹਦਾ ਪ੍ਰਚਾਰ ਵੀ ਹੋਣਾ ਚਾਹੀਦਾ, ਤਾਂ ਹੀ ਉਹਦੇ ਯੋਗ ਸਿੱਟੇ ਜਿਹੜੇ ਲਿਖ ਸਕਦੇ ਨੇ। ਮੈਂ ਬਹੁਤ ਧੰਨਵਾਦੀ ਹਾਂ ਕਿ ਮੈਨੂੰ ਮੌਕਾ ਦਿੱਤਾ, ਬਹੁਤ ਬਹੁਤ ਧੰਨਵਾਦ, ਵਾਹਿਗੁਰੂ, ਵਾਹਿਗੁਰੂ। ਬਹੁਤ ਸ਼ੁਕਰੀਆ ਡਾਕਟਰ ਸਾਹਿਬ ਜੀ, ਡਾਕਟਰ ਸ਼ੀਨੇ ਹੋਰਾਂ ਦਾ। ਆਪਾਂ ਲਗਭਗ ਸਾਰਾ ਹੀ ਹਫ਼ਤਾ ਵੱਖ ਵੱਖ ਅਖਬਾਰਾਂ 'ਚ ਇਕਨੋਮਿਕਸ ਦੇ ਹਵਾਲੇ ਦੇ ਨਾਲ ਲੇਖ ਜਿਹੜੇ ਆ ਉਹ ਚਲੰਤ ਮਾਮਲਿਆਂ ਦੇ ਉੱਤੇ ਪੜ੍ਹਦੇ ਰਹਿੰਦੇ ਹਾਂ। ਸਾਨੂੰ ਬੜਾ ਮਾਣ ਹੈ ਕਿ ਸਾਡੇ ਅੰਮ੍ਰਿਤਸਰ ਸ਼ਹਿਰ ਦੀ ਸਤਿਕਾਰਯੋਗ ਪ੍ਰਧਾਨਮੰਤਰੀ ਮੰਡਲ ਅਤੇ ਵਿਦਵਾਨ ਦੋਸਤੋ, ਡਾਕਟਰ ਪਰਮਿੰਦਰ ਸਿੰਘ ਹੋਰਾਂ ਨੇ ਬਹੁਤ ਵਿਸਥਾਰ ਵਿੱਚ ਮਾਤ ਭਾਸ਼ਾ ਭਾਸ਼ਾ ਦਾ ਪਿਛੋਕੜ ਅਤੇ ਉਹਦੇ ਪਿੱਛੇ ਲੁਕੀਆਂ ਹੋਈਆਂ ਰਾਜਨੀਤਿਕ ਚਾਲਾਂ ਜੁਗਤਾਂ ਦਾ ਜ਼ਿਕਰ ਕੀਤਾ ਹੈ। ਲਗਭਗ ਇਹ ਗੱਲ ਸਰਵ ਪ੍ਰਮਾਣਿਤ ਹੈ ਕਿ ਮਾਤ ਭਾਸ਼ਾ ਵਿੱਚ ਮਿਲੇ ਗਿਆਨ ਤੋਂ ਬਿਨਾਂ ਕਿਸੇ ਵੀ ਖਿੱਤੇ ਦੇ ਲੋਕਾਂ ਦਾ, ਚਾਹੇ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ, ਸਮੁੱਚਾ ਵਿਕਾਸ ਸੰਭਵ ਨਹੀਂ। ਇਸ ਗੱਲ ਨੂੰ ਸਾਰੇ ਵਿਦਵਾਨ ਪ੍ਰਵਾਨਿਤ ਕਰਦੇ ਹੈ ਅਤੇ ਜਿਸ ਤਰ੍ਹਾਂ ਡਾਕਟਰ ਪਰਮਿੰਦਰ ਸਿੰਘ ਹੋਰਾਂ ਨੇ ਆਪਣੀ ਲੰਬੀ ਗੱਲਬਾਤ ਦੇ ਵਿੱਚ ਵੀ ਇਹੀ ਗੱਲ ਉਹਨਾਂ ਨੇ ਲੈਟਿਨ ਭਾਸ਼ਾ ਦੀ ਗੱਲ ਅਤੇ ਦੂਜੀਆਂ ਭਾਸ਼ਾਵਾਂ ਦੀ ਗੱਲ ਕਰਕੇ ਉਹਦੀ ਉਦਾਹਰਣ ਦਿੱਤੀ ਹੈ। ਉਹਨਾਂ ਦੀ ਇੱਕ ਗੱਲ ਕਿ ਜਦੋਂ ਉਹਨਾਂ ਨੇ ਅੰਗਰੇਜ਼ਾਂ ਦੇ ਕਲਕੱਤਾ ਵਿਖੇ ਖੋਲ੍ਹੇ ਸਕੂਲ ਦੀ ਗੱਲ ਕੀਤੀ ਅਤੇ ਭਾਸ਼ਾਵਾਂ ਨੂੰ ਧਰਮ ਉੱਪਰ ਕੇਂਦਰਿਤ ਕਰ ਦਿੱਤਾ। ਡਾਕਟਰ ਸਾਹਿਬ, ਇਸੇ ਲੜੀ ਦੇ ਵਿੱਚ ਤੁਹਾਨੂੰ ਯਾਦ ਹੋਣਾ, ਇਤਿਹਾਸ ਦੇ ਵਿਦਿਆਰਥੀ ਨੂੰ ਪਤਾ ਹੋਊਗਾ, ਕਈ ਜਿਹੜੇ ਸਾਡੀ ਉਮਰ ਦੇ ਉਹਨਾਂ ਨੇ ਵੈਸੇ ਦੇਖਿਆ ਹੋਊਗਾ ਕਿ ਜਦੋਂ ਭਾਸ਼ਾ ਦੇ ਆਧਾਰ 'ਤੇ ਹਿੰਦੁਸਤਾਨ ਦੇ ਬਹੁਤੇ ਸੂਬੇ ਬਣ ਗਏ ਅਤੇ ਪੰਜਾਬ ਦੇ ਵਿੱਚ ਭਾਸ਼ਾ ਦੇ ਆਧਾਰ 'ਤੇ ਇੱਕ ਵੱਖਰਾ ਖਿੱਤਾ ਲੈਣ ਲਈ ਜਿਹੜੀ ਪੋਲੀਟੀਕਲ ਪਾਰਟੀ ਲੜਾਈ ਲੜ ਰਹੀ ਸੀ, ਉਹਦੀ ਦਿੱਖ, ਉਹਦਾ ਖਾਸਾ ਕਿਤੇ ਨਾ ਕਿਤੇ ਧਰਮ ਦੇ ਨਾਲ ਸਿੱਧੇ ਤੌਰ 'ਤੇ ਜੁੜਦਾ ਸੀ। ਮੈਨੂੰ ਯਾਦ ਹੈ 1961 ਦੀ ਮਰਦਮਸ਼ੁਮਾਰੀ ਦੇ ਵਿੱਚ ਜਲੰਧਰ ਦੀ ਇੱਕ ਵੱਡੀ ਅਖਬਾਰ ਹਿੰਦੀ ਦੀ, ਉਹਦਾ ਜਿਹੜਾ ਸੰਪਾਦਕ ਸੀ ਉਹ ਸਰਕਾਰ ਚਲਾ ਰਹੀ ਪਾਰਟੀ ਨਾਲ ਵੀ ਜੁੜਿਆ ਸੀ, ਉਦੋਂ ਸ਼ਾਇਦ ਮੰਤਰੀ ਵੀ ਸੀ। ਉਹਨਾਂ ਨੇ ਇਹ ਗੱਲ ਆਪਣੀ ਅਖਬਾਰ ਰਾਹੀਂ ਪ੍ਰਚਾਰੀ ਕਿ ਇਹ ਜਿਹੜੀ ਭਾਸ਼ਾ ਹੈ, ਜਿਹੜਾ ਸਿੱਖ ਨਹੀਂ ਉਹਦੀ ਭਾਸ਼ਾ ਪੰਜਾਬੀ ਨਹੀਂ, ਇਹ ਉਸੇ ਗੱਲ ਨੂੰ ਅੱਗੇ ਤੋਰਦੇ ਹੈ। ਅਤੇ ਉਹਦਾ ਅਸਰ ਇਹ ਹੋਇਆ ਕਿ ਜਿਹੜੇ ਲੋਕਾਂ ਨੂੰ ਹਿੰਦੀ 'ਚ ਇਹ ਕਹਿਣਾ ਵੀ ਨਹੀਂ ਸੀ ਆਉਂਦਾ ਕਿ ਹਮਾਰੀ ਮਾਤ ਭਾਸ਼ਾ ਹਿੰਦੀ ਹੈ, ਉਹਨਾਂ ਨੇ ਵੀ ਕਿਹਾ ਕਿ ਨਹੀਂ, ਸਾਡੀ ਮਾਤ ਭਾਸ਼ਾ ਹਿੰਦੀ ਹੈ, ਕਿਹਾ ਪੰਜਾਬੀ 'ਚ। ਅਤੇ ਜਿਹੜੇ ਸਰਵੇ ਕਰਨ ਵਾਲੇ ਸੀ ਉਹਨਾਂ ਨੂੰ ਮਜਬੂਰੀ ਬਸ ਇਹ ਗੱਲ ਲਿਖਣੀ ਪਈ ਅਤੇ ਉਹਦੇ ਨਾਲ ਤੁਆਜ਼ਨ ਜਿਹੜਾ ਸਾਰਾ ਜਦੋਂ ਮੁੜ ਕੇ 1966 ਦੇ ਵਿੱਚ ਪੁਨਰ ਗਠਨ ਹੁੰਦਾ ਇਹ ਵਿਗੜਦਾ। ਵਿਡੰਬਨਾ ਇਹ ਹੈ
कि जेड़ा भाषा नीति बननी है, सिक्ख्या नीति बननी है, आर्थिक नीति बननी है, वो जेड़ी भी राज करदी पोलिटिकल पार्टी हुई उन्हें बनानी है। ये पोलिटिकल पार्टियां किसी भी मसलों पर, चाहे वह सिक्ख्या की नीति का हो, चाहे भाषा की नीति का हो, वो पार्टी का रंग ढंग कोई भी हो, किसी भी तरह की हो, लगभग वो सारिया इस पासे ने कि सानू इस गल की कोई चिंता नहीं कि जिहड़ा विकास है वो किस तरह का होना चाहिए। तो जे कि ये चिंता वो कर दे तो 40 साल तो मैं भी केंद्रीय पंजाबी लेखक सभा के नाल सीधे सीधे तौर पर जुड़िया हाँ कि साढ़े यतना के बावजूद भी, केंद्रीय लेखक सभा के यतना के बावजूद भी सरकार वालों इदा की कोई नीति नहीं कि एक कदम वो अगे चलते हैं, दूजा कदम पिछे लै आते हैं। कि वो किसी जिहड़ा व्यक्ति जिहड़ा अफसर पंजाब दे विच रह के पंजाबी च कम नहीं करता, उहदे लई कोई दंड का, उहदे च कोई उहनूं सज़ा का इस तरह का वह बना सकन, इदा का कोई कानून नहीं कि वो तो वध एक वार्निंग की चिट्ठी मिली जा सकती है। वह भी कहता है कि जे बुटल साहब ज इस तो पहले जिहड़े प्रधान जनरल सकत्तर आए आ वो ये यतन करते रहे हैं। मैनू ऐ लगता कि सरकारां ने जो करना लगभग उन्होंने अपना देखना हुंदा कि करना उस तरह कर रही है। तो जे साडियां केंद्रीय पंजाबी लेखक सभा एक वड्डी संस्था, दूजियां होर अनेक संस्थावां ने जे ये इस पासे गल करनगियां, सुचेत होणगियां, तो फिर शायद लोक लहर वांगू तो फिर जिहड़ी भी पोलिटिकल पार्टी राज कर रही होगी उहदे लई इह मजबूरी बनूगी कि असीं भाषा नीति, कोई ठोस भाषा नीति बनाईए कि जिहदे नाल इस खिते की माँ बोली, मात भाषा पंजाबी दे समुचे विकास की गल जिहड़ी है वो आरंभ हो सके। बड़ा कुछ पंजाबी भाषा दे विच होया, इस सिलसिले च होया, पर अजे बहुत कुछ होना बाकी है। अज का विशा केंद्रीय लेखक सभा वालिया ने रखिया सी कि मात भाषा का उचेरी सिक्ख्या विच जिहड़ा रोल है उहदे बारे, उहदे योगदान बारे। मैनू याद है कि किसी वेले दसवीं विच साडा जिहड़ा सिक्ख्या का माध्यम है एक दो मजमूना छड के बाकी अंग्रेजी विच सी, खास करके मैनू याद है कि साइंस ते मैथ वो पंजाबी से होया। फिर मुड़ के पंजाब दीआं यूनिवर्सिटीआं दे विच बीए तक दा माध्यम पंजाबी हो गया, पर पोस्ट ग्रैजुएशन दे विच फिर अंग्रेजी सी। ये गल मैं तां कर रहा कि मेरा वाह पोस्ट ग्रैजुएशन ग्रैजुएशन सिक्ख्या दे नाल मैं लंबा समा उत्थे कम कीता। मैनू ये याद है कि जदों दा सोशल साइंस विच पोलिटिकल साइंस, हिस्ट्री, इकनोमिक्स इहदे विच पंजाबी भाषा माध्यम बनी सी, पंजाबी माध्यम होया सी, बच्चों का रुझान वध होया सी। ये यूनिवर्सिटी के अंकड़े भी ये गल कहिंदे है कि जदों का पोस्ट ग्रैजुएशन दे विच ये माध्यम आया उस वेले तक उहदे विच रजिस्टर्ड होने वाले बच्चों की गिणती बहुत वधी है। ये बेशक जरूरी नहीं कि जिहड़ा बच्चा एम ए कर गया उन्हूं कॉलेज लैक्चरर दी जां स्कूल दे विच नौकरी मिलेगी। उंज ये है कि जिहड़ा वह ज्ञान है तुहाडे समुचे विकास लई जरूरी है कि जिहड़े बच्चे बी ए तो बाद एम ए पोलिटिकल साइंस हिस्ट्री दे विच ये नहीं सी जांदे ਉਹ ਵਧੇਰੇ ਜਾਣ ਲੱਗ ਪਏ ਅਤੇ ਉਹਦੇ ਨਾਲ ਇਹ ਗੱਲ ਅੱਗੇ ਗਈ। ਪਰ ਅਜੇ ਵੀ ਦੋ ਮੁੱਖ ਵਿਸ਼ੇ ਨੇ ਜਿਨ੍ਹਾਂ 'ਚ ਪੰਜਾਬੀ ਭਾਸ਼ਾ ਦਾ ਮਾਧਿਅਮ ਨਹੀਂ, ਇੱਕ ਤਾਂ ਕਾਨੂੰਨ ਵੀ ਹੈ। ਵਿਡੰਬਨਾ ਇਹ ਹੈ ਕਿ ਸਾਡੀਆਂ ਅਦਾਲਤਾਂ ਦੇ ਵਿੱਚ, ਹੇਠਲੀਆਂ ਅਦਾਲਤਾਂ 'ਚ ਵੀ, ਉੱਪਰਲੀ ਅਦਾਲਤ ਦੇ ਵਿੱਚ ਵੀ ਵਕੀਲ ਜਿਹੜੇ ਆਪਣੇ ਮੁਵੱਕਲ ਵੱਲੋਂ ਬਹਿਸ ਕਰ ਰਿਹਾ ਹੁੰਦਾ ਉਸ ਮੁਵੱਕਲ ਨੂੰ ਪੰਜਾਬੀ ਤੋਂ ਬਿਨਾਂ ਕੋਈ ਭਾਸ਼ਾ ਨਹੀਂ ਆਉਂਦੀ, ਪਰ ਉਹ ਜੱਜ ਦੇ ਨਾਲ ਲਿਖਤੀ ਵੀ
ਅਤੇ ਬੋਲ ਚਾਲ ਵੇਲੇ ਵੀ ਅੰਗਰੇਜ਼ੀ ਵਰਤ ਰਿਹਾ ਕਿਉਂਕਿ ਉਹਦੀ ਪੜ੍ਹਾਈ ਇਸ ਢੰਗ ਨਾਲ, ਜਾਂ ਇਹ ਕਹਿ ਲਓ ਕਿ ਸਾਡੀ ਅਦਾਲਤਾਂ ਦੀ ਭਾਸ਼ਾ ਅੰਗਰੇਜ਼ੀ ਹੋਣ ਕਰਕੇ ਉਹਨਾਂ ਦੀ ਪੜ੍ਹਾਈ ਅੰਗਰੇਜ਼ੀ ਵਿੱਚ ਆ, ਉਹ ਕੁਛ ਨਹੀਂ ਪਤਾ ਲੱਗਦਾ ਮੁਵੱਕਲ ਨੂੰ, ਇਹ ਨਹੀਂ ਪਤਾ ਲੱਗਦਾ ਕਿ ਮੇਰਾ ਵਕੀਲ ਮੇਰੇ ਹੱਕ 'ਚ ਭੁਗਤ ਰਿਹਾ ਕਿ ਵਿਰੋਧੀ ਦੇ ਹੱਕ 'ਚ ਭੁਗਤ ਰਿਹਾ। ਜਿਹੜੇ ਲੋਕ ਵਕਾਲਤ ਦੇ ਕਿੱਤੇ ਨਾਲ ਜੁੜਿਓ ਆ ਜਾਂ ਵਕੀਲਾਂ ਨਾਲ ਵਾਹ ਪਿਆ, ਉਹ ਇਹ ਗੱਲ ਨੂੰ ਭਲੀ ਭਾਂਤ ਜਾਣਦੇ ਆ ਕਿ ਇੱਦਾਂ ਦੀ ਗੜਬੜ ਇਹ ਹੋ ਰਹੀ ਆ। ਸਾਇੰਸ ਦੇ ਵਿੱਚ ਉਂਝ ਦੀਪਤੀ ਜੀ ਇਹ ਗੱਲ ਨੂੰ ਜ਼ਿਆਦਾ ਵਿਸਥਾਰ 'ਚ ਦੱਸਣਗੇ ਕਿ ਜਿਹੜੀ ਇਹਨਾਂ ਨੇ ਅੰਗਰੇਜ਼ੀ ਵਿੱਚ ਪੜ੍ਹਾਈ ਕੀਤੀ ਹੈ, ਜਦੋਂ ਉਹ ਲੋਕਾਂ ਵਿੱਚ ਵਿਚਰਦੇ ਆ, ਜਦੋਂ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦਾ ਇਲਾਜ ਕਰਦੇ ਆ, ਉਹ ਬਿਮਾਰੀਆਂ ਆਣ ਕੇ ਇਹਨਾਂ ਨੂੰ ਮਰੀਜ਼ ਦੱਸਦਾ ਕਿ ਜੇ ਕਿਤੇ ਇਹ ਪੰਜਾਬ ਦੇ ਖਿੱਤੇ 'ਚ ਨਾ ਪੜ੍ਹੇ ਹੁੰਦੇ ਤਾਂ ਕੀ ਉਹਨਾਂ ਨੂੰ ਇਹਨਾਂ ਸਾਰੀਆਂ ਬਿਮਾਰੀਆਂ ਦੀ ਸਮਝ ਆ ਜਾਂਦੀ। ਇੱਦਾਂ ਦੀ ਗੱਲ ਵੀ ਬਹੁਤੇ ਵਿਦਵਾਨ ਕਰਦੇ ਆ ਕਿ ਇਹਨਾਂ ਦੇ ਵਿੱਚ ਪੜ੍ਹਨ ਯੋਗ ਜਿਹੜੀ ਸਮੱਗਰੀ ਹੈ ਉਹ ਪੰਜਾਬੀ 'ਚ ਨਹੀਂ ਮਿਲਦੀ। ਲੰਬਾ ਸਮਾਂ ਮੇਰਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਵਾਹ ਰਿਹਾ, ਕਿਸੇ ਵੇਲੇ ਬਹੁਤ ਡਟ ਕੇ ਉੱਥੇ ਕੰਮ ਇਸ ਗੱਲ ਲਈ ਹੋਇਆ। ਛੀਨਾ ਸਾਹਿਬ ਵੀ ਦੱਸ ਕੇ ਗਏ ਆ ਕਿ ਉਹ ਯੂਨੀਵਰਸਿਟੀ ਭਾਸ਼ਾ ਦੇ ਆਧਾਰ 'ਤੇ ਬਣੀ ਸੀ ਅਤੇ ਉਹਨਾਂ ਨੂੰ ਕੰਮ ਹੀ ਇਹ ਦਿੱਤਾ ਗਿਆ ਸੀ ਕਿ ਸਾਰੀਆਂ ਜਿਹੜੀ ਸਿੱਖਿਆ ਉੱਚ ਅਤੇ ਮਾਧਿਅਮਿਕ, ਉਹਨਾਂ ਦਾ ਮਾਧਿਅਮ ਜਿਹੜਾ ਉਹ ਪੰਜਾਬੀ ਭਾਸ਼ਾ ਕਰਨਾ, ਅਤੇ ਤੁਸੀਂ ਇਹਦੇ ਲਈ ਕਿਤਾਬਾਂ ਤਿਆਰ ਕਰੋ। ਮੈਨੂੰ ਯਾਦ ਹੈ ਕਾਫੀ ਕਿਤਾਬਾਂ ਉਹਦੇ 'ਚ ਤਿਆਰ ਵੀ ਹੋਈਆਂ। ਸੋਸ਼ਲ ਸਾਇੰਸ ਵਿੱਚ ਵੀ, ਸਾਇੰਸਿਸ ਵਿੱਚ ਵੀ, ਕਾਨੂੰਨ ਵਿੱਚ ਵੀ ਉਹਨਾਂ ਨੇ ਕਾਫੀ ਤਿਆਰ ਕਰਵਾਈਆਂ। ਪਰ ਪਿਛਲੇ ਕੁਝ ਸਮੇਂ ਤੋਂ ਕਿ ਸਰਕਾਰਾਂ ਵੱਲੋਂ ਜਿਹੜੀ ਫੰਡ ਦੀ ਘਾਟ ਹੈ ਉਹਦੇ ਲਈ ਜਿਹੜੀ ਉੱਥੇ ਭਾਸ਼ਾ ਵਿਗਿਆਨ ਵਿਭਾਗ ਹੈ ਇੱਕ, ਉਹਨਾਂ ਨੇ ਵਾਹ ਕਮਾਲ ਕੰਮ ਕੀਤਾ ਪਹਿਲਾਂ। ਪਰ ਹੁਣ ਮਸਲਾ ਫਿਰ ਉੱਥੇ ਆ ਜਾਂਦਾ ਕਿ ਜਦੋਂ ਤੁਸੀਂ ਰਿਸਰਚ ਲਈ, ਖੋਜ ਲਈ ਪੂਰੇ ਫੰਡ ਹੀ ਨਹੀਂ ਮੁਹੱਈਆ ਕਰਾਉਣ ਦੀਆਂ ਸਰਕਾਰਾਂ, ਕਿਉਂਕਿ ਸਰਕਾਰਾਂ ਕੋਲ ਹੋਰ ਚੀਜ਼ਾਂ ਬਹੁਤ ਨੇ ਕਿ ਤੁਹਾਨੂੰ ਭਾਸ਼ਾ ਕਿਹੜੀ ਪੜ੍ਹਨੀ ਹੈ, ਕੋਈ ਮਸਲਾ ਨਹੀਂ ਕਿ ਤੁਹਾਨੂੰ ਬਿਜਲੀ ਮੁਫਤ ਚਾਹੀਦੀ ਹੈ, ਤੁਹਾਨੂੰ ਆਟਾ ਮੁਫਤ ਚਾਹੀਦਾ, ਤੁਹਾਨੂੰ ਆਹ ਚੀਜ਼ ਮੁਫਤ ਚਾਹੀਦੀ ਹੈ। ਜਦੋਂ ਸਰਕਾਰਾਂ ਦੀਆਂ ਇੱਦਾਂ ਦੀਆਂ ਤਰਜੀਹਾਂ ਹੋਣਗੀਆਂ ਤਾਂ ਕੁਦਰਤੀ ਹੈ ਉਹਦੇ 'ਚ ਕੋਈ ਠੋਸ ਭਾਸ਼ਾ ਨੀਤੀ ਵੀ ਨਹੀਂ ਆਊਗੀ, ਉਹ ਵੀ ਰੁਲ ਜਾਊਗੀ, ਵਿੱਦਿਅਕ ਨੀਤੀ ਵੀ ਰੁਲ ਜਾਊਗੀ, ਅਤੇ ਦੂਜੀਆਂ ਜਿਹੜੀਆਂ ਅਸਲ ਦੇ ਵਿੱਚ ਲੋੜ ਹੁੰਦੀ ਹੈ ਉਹ ਸਾਰੀਆਂ ਚੀਜ਼ਾਂ ਵੀ ਰੁਲ ਜਾਣਗੀਆਂ। ਲੋੜ ਅਸਲ ਦੇ ਵਿੱਚ ਇਹੀ ਹੈ ਨਿੱਠ ਕੇ ਕਿ ਸਰਕਾਰਾਂ ਨੂੰ ਜਗਾਉਣ ਦੇ ਲਈ ਇੱਕ ਲੋਕ ਲਹਿਰਾਂ, ਕਿਸਾਨ ਮੋਰਚੇ ਦਾ ਜ਼ਿਕਰ ਪਰਮਿੰਦਰ ਸਿੰਘ ਹੋਰਾਂ ਨੇ ਕੀਤਾ ਸੀ ਕਿ ਉੱਦਾਂ ਦੀ ਲੋਕ ਲਹਿਰ ਪੰਜਾਬੀ ਭਾਸ਼ਾ ਨੂੰ ਲਾਗੂ ਕਰਾਉਣ ਲਈ, ਪੰਜਾਬੀ ਭਾਸ਼ਾ ਲਈ ਕੋਈ ਠੋਸ ਨੀਤੀ ਬਣਾਉਣ ਲਈ ਜਿੰਨੀ ਦੇਰ ਪੰਜਾਬੀਆਂ ਵੱਲੋਂ ਨਹੀਂ ਉਠਾਈ ਜਾਂਦੀ ਉੰਨੀ ਦੇਰ ਤੱਕ ਸ਼ਾਇਦ ਇਹ ਸਾਰਾ ਕੁਝ ਸੰਭਵ ਨਹੀਂ। ਸੋ ਇੰਨੀਆਂ ਗੱਲਾਂ ਨਾਲ ਮੈਂ ਤੁਹਾਨੂੰ ਆਗਿਆ ਲੈਣੀ ਹੈ। ਸ਼ੁਕਰੀਆ।